ਅਸਲਾਮ ਵਾਲੇਕਮ ਦੋਸਤੋ, ਪੰਜਾਬੀ ਸ਼ੌਕ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ। ਅਤੇ ਦੋਸਤੋ, ਸਭ ਤੋਂ ਪਹਿਲੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਮੈਂ ਸਾਰੇ ਦੋਸਤਾਂ ਦਾ ਬੜਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਕਿ ਜਿਨ੍ਹਾਂ ਦੋਸਤਾਂ ਦੀ ਮੁਹੱਬਤ ਦੇ ਨਾਲ ਅੱਜ ਪੰਜਾਬੀ ਸ਼ੌਕ ਚੈਨਲ ਦੇ 1000 ਸਬਸਕ੍ਰਾਈਬਰ ਪੂਰੇ ਹੋ ਗਏ ਨੇ, ਔਰ ਅਲਹਮਦੁਲਿਲਾ ਅੱਲਾਹ ਪਾਕ ਦਾ ਲੱਖ ਕਰੋੜਾਂ ਦੀ ਸ਼ੁਕਰ ਆ, ਤੁਹਾਡੇ ਦੋਸਤਾਂ ਦੀ ਮੁਹੱਬਤ ਆ, ਤੁਹਾਡਾ ਪਿਆਰ ਆ ਕਿ ਆਪਣੀ ਪੰਜਾਬੀ ਚੈਨਲ ਜਿਹੜਾ ਹੈਗਾ ਵਾ ਇਨਸ਼ਾਅੱਲਾ ਇਸ ਤਰ੍ਹਾਂ ਗਰੋਥ ਕਰ ਰਿਹਾ ਹੈਗਾ। ਦੋਸਤੋ, ਪੰਜਾਬੀ ਇੱਕ ਆਪਣੀ ਮਾਦਰੀ ਜ਼ਬਾਨ ਹੈਗੀ ਆ, ਸਾਡੇ ਪੰਜਾਬ ਦੀ ਸ਼ਾਨ ਆ, ਔਰ ਅਲਹਮਦੁਲਿਲਾ ਅਸੀਂ ਫਖਰ ਕਰਦੇ ਹਾਂ ਆਪਣੇ ਪੰਜਾਬੀ ਹੋਣ 'ਤੇ। ਅਤੇ ਪੰਜਾਬ ਦੇ ਜਿੰਨੇ ਵੀ ਲੋਕਾਂ ਦੇ ਸਾਡੇ ਸ਼ੌਕ ਨੇ, ਸਾਡਾ ਮਕਸਦ ਹੈਗਾ ਵਾ ਕਿ ਆਪਣੇ ਚੈਨਲ ਦੇ ਜ਼ਰੀਏ ਪੰਜਾਬ ਨੂੰ ਅਤੇ ਸਾਡੀ ਪੰਜਾਬੀ ਲੈਂਗੁਏਜ ਨੂੰ ਪ੍ਰਮੋਟ ਕਰੀਏ, ਕਿ ਜਿਸ ਤਰ੍ਹਾਂ ਸਾਡੇ ਵਿੱਚ ਬਹੁਤ ਸਾਰੇ ਲੋਕ ਪੜ੍ਹ ਲਿਖ ਜਾਂਦੇ ਨੇ ਅਤੇ ਅੱਜ ਕੱਲ੍ਹ ਦੀ ਜਿੰਨੀ ਜਨਰੇਸ਼ਨ ਹੈਗੀ ਆ ਇੰਗਲਿਸ਼ ਦੇ ਲਫ਼ਜ਼ ਜ਼ਿਆਦਾ ਇਸਤੇਮਾਲ ਕਰਦੀ ਆ, ਉਰਦੂ ਜ਼ਿਆਦਾ ਇਸਤੇਮਾਲ ਕਰਦੇ ਹੈਗੇ ਆ, ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਾਬਤ ਕਰਦੇ ਆ, ਆਪਣਾ ਯਾਨੀ ਕਲਚਰ ਭੁੱਲਦੇ ਜਾਂਦੇ ਨੇ, ਲੋਕ ਮਾਡਰਨ ਹੋਈ ਜਾ ਰਹੇ ਆ, ਸ਼ੌਕ ਭੁੱਲਦੇ ਜਾਂਦੇ ਆ ਕਿ ਸਾਡੇ ਵੱਡੇ ਵਡੇਰਿਆਂ ਦੇ ਸ਼ੌਕ ਕੀ ਸੀਗੇ, ਯਾਨੀ ਪੰਜਾਬੀ ਦਾ ਜਿਹੜਾ ਕਲਚਰ ਹੈਗਾ ਨਾ ਪੰਜਾਬ ਦਾ, ਉਹ ਸਾਡੇ ਹੱਥੋਂ ਗਵਾਚਦਾ ਜਾ ਰਿਹਾ। ਅਤੇ ਅਸੀਂ ਇਨਸ਼ਾਅੱਲਾ ਆਪਣੇ ਪੰਜਾਬੀ ਚੈਨਲ ਦੇ ਜ਼ਰੀਏ ਤੁਹਾਨੂੰ ਦਿਖਾਵਾਂਗੇ, ਤੁਹਾਨੂੰ ਪਤਾ ਚੱਲੇਗਾ ਪੰਜਾਬੀ ਕਿਹੜਾ ਸ਼ੌਕ ਕਰਦੇ ਨੇ, ਪੰਜਾਬੀ ਇਸ ਮਹਿੰਗਾਈ ਦੇ ਦੌਰ ਦੇ ਹਾਲਾਤ ਦੇ ਵਿੱਚ ਵੀ ਕਿਸ ਤਰ੍ਹਾਂ ਦਾ ਸ਼ੌਕ ਕਰ ਰਹੇ ਨੇ। ਦੋਸਤੋ, ਇੱਕ ਚੀਜ਼ ਤੁਹਾਡਾ ਮੈਂ ਹੋਰ ਇਸ ਵੀਡੀਓ 'ਚ ਕਹਿਣਾ ਚਾਹਾਂਗਾ ਕਿ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਕਿ ਤੁਸੀਂ ਕਿਸ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ। ਮੇਰੀ ਇਨਸ਼ਾਅੱਲਾ ਕੋਸ਼ਿਸ਼ ਹੋਏਗੀ ਕਿ ਜੋ ਤੁਸੀਂ ਮੈਨੂੰ ਆਪਣਾ ਵੀਡੀਓ ਦਾ ਕਹੋਗੇ ਅਤੇ ਜਿੰਨੀ ਤੁਹਾਡੀ ਵੋਟਿੰਗ ਜ਼ਿਆਦਾ ਹੋਏਗੀ, ਮੇਰੀ ਕੋਸ਼ਿਸ਼ ਹੋਏਗੀ ਮੈਂ ਉਹ ਵੀਡੀਓ ਸਭ ਤੋਂ ਪਹਿਲੇ ਜਾ ਕੇ ਸ਼ੂਟ ਕਰਾਂ, ਸ਼ੂਟ ਕਰਕੇ ਅਤੇ ਵੀਡੀਓ ਤੁਹਾਡੇ ਤੱਕ ਪਹੁੰਚਾਵਾਂ। ਸਾਡਾ ਇੱਕ ਮਕਸਦ ਆ, ਅੱਛਾ ਸ਼ੌਕ, ਅੱਛਾ ਚੀਜ਼, ਅੱਛੀ ਨਸਲ ਤੁਹਾਡੇ ਤੱਕ ਆਸਾਨੀ ਨਾਲ ਪਹੁੰਚੇ, ਤੁਹਾਨੂੰ ਨਸਲ ਦੀ ਸਮਝ ਹੋਵੇ, ਤੁਸੀਂ ਦੇਖ ਕੇ ਸਾਡੀ ਵੀਡੀਓ, ਅਗਰ ਕਿਸੇ ਅੱਛੇ ਸੀ ਬਰੀਡਰ ਦੇ ਕੋਲ ਜਾਂਦੇ ਹਾਂ ਤੁਸੀਂ ਉੱਥੋਂ ਜਾਨਵਰ ਲੈ ਸਕੋ, ਤੁਹਾਨੂੰ ਜਾਨਵਰ ਲੈਣ 'ਚ ਆਸਾਨੀ ਹੋਵੇ, ਅਦਰਵਾਈਜ਼ ਤੁਸੀਂ ਨਹੀਂ ਲੈਣਾ ਚਾਹੁੰਦੇ ਜਾਨਵਰ, ਤੁਹਾਨੂੰ ਇੰਨੀ ਪਹਿਚਾਣ ਹੋ ਜਾਵੇ ਕਿ ਮੈਂ ਕਿਹੜਾ ਪੈਟ ਲੈਣ ਲੱਗਾ, ਕਿਹੜੀ ਚੀਜ਼ ਰੱਖਣ ਲੱਗਾ, ਮੇਰੀ ਨਸਲ ਕਿਸ ਤਰ੍ਹਾਂ ਦੀ ਹੈ, ਮੈਨੂੰ ਫਾਇਦਾ ਦੇਗੀ, ਨੁਕਸਾਨ ਦੇਗੀ, ਕੀ ਚੀਜ਼ ਹੈਗੀ। ਉਸ ਤੋਂ ਇਲਾਵਾ ਦੋਸਤੋ, ਸਾਡਾ ਚੈਨਲ ਉਹਨਾਂ ਬੰਦਿਆਂ ਵਾਸਤੇ ਵੀ ਜਿਹੜੇ ਕੋਈ ਫਾਰਮਿੰਗ ਕਰਨਾ ਚਾਹੁੰਦੇ ਆ, ਕੋਈ ਡੋਗ ਬਰੀਡਿੰਗ ਕਰਨਾ ਚਾਹੁੰਦੇ ਆ, ਕੋਈ ਪੈਟ ਦੀ ਫਾਰਮਿੰਗ ਕਿਸੇ ਵੀ ਚੱਲਦੀ ਚੀਜ਼ ਦੀ ਕਰਨਾ ਚਾਹੁੰਦੇ, ਮੁਰਗੀਆਂ ਦੀ, ਕਬੂਤਰਾਂ ਦੀ, ਔਰ ਉਸ ਤੋਂ ਇਲਾਵਾ ਰਾਜੋ ਆਪਣਾ ਕੈਟਲ ਫਾਰਮ ਬਣਾਉਣਾ ਚਾਹੁੰਦੇ, ਉਹਨਾਂ ਵਾਸਤੇ ਵੀ ਇਨਸ਼ਾਅੱਲਾ ਸਾਡੀ ਵੀਡੀਓ ਜਿਹੜੀਆਂ ਹੈਗੀਆਂ ਨੇ ਮੁਫੀਦ ਹੋਇਆ ਕਰਨਗੀਆਂ, ਅਸੀਂ ਟਿਪ ਲੈ ਕੇ ਦਿਆ ਕਰਾਂਗੇ, ਦੱਸਿਆ ਕਰਾਂਗੇ ਕਿਸ ਤਰ੍ਹਾਂ ਤੁਸੀਂ ਆਪਣਾ ਇੱਕ ਜਾਨਵਰ ਦੇ ਉੱਤੋਂ ਉਹਨੂੰ ਖਰਚਾ ਕਰਕੇ ਇਨਵੈਸਟ ਕਰਕੇ ਪੈਸਾ ਕਮਾ ਸਕਦੇ ਹੋ, ਔਰ ਕਿਸ ਤਰ੍ਹਾਂ ਇੱਕ ਅੱਛਾ ਸ਼ੌਕ ਕਰ ਸਕਦੇ ਹੋ। ਅਤੇ ਦੋਸਤੋ, ਇਨਸ਼ਾਅੱਲਾ ਇਸ ਤਰ੍ਹਾਂ ਤੁਹਾਡੀ ਮੁਹੱਬਤ ਚਾਹੀਦੀ ਹੈ। ਇਨਸ਼ਾਅੱਲਾ 2020 ਦੇ ਵਿੱਚ ਇਸੇ ਸਾਲ ਦੇ ਵਿੱਚ ਅਸੀਂ ਕੰਪਲੀਟ ਕਰਾਂਗੇ 1,00,000 ਸਬਸਕ੍ਰਾਈਬਰ, ਔਰ ਸਾਡਾ ਇਹ ਪੰਜਾਬੀ ਚੈਨਲ ਸਾਡੇ ਪੰਜਾਬ ਦੀ ਸ਼ਾਨ ਬਣੇਗਾ, ਔਰ ਇਨਸ਼ਾਅੱਲਾ ਸਾਡੇ ਪੂਰੇ ਪਾਕਿਸਤਾਨ ਦੀ ਸ਼ਾਨ ਬਣੇਗਾ। ਦੇਖੋ, ਸਿੰਧੀ, ਬਲੋਚੀ, ਦੂਸਰੇ ਸਾਡੇ ਸਾਰੇ ਭਾਈ ਨੇ ਜਿੰਨੇ ਵੀ ਸਾਡੇ ਨੇ, ਹਾਲਾਂਕਿ ਸਾਡੇ ਵਿਊਜ਼ ਜਿਹੜੇ ਨੇ ਕਸ਼ਮੀਰ ਵਾਲੀ ਸਾਈਡ ਦੇ, ਇੰਗਲੈਂਡ ਦੇ, ਕੈਨੇਡਾ ਦੇ, ਸਾਨੂੰ ਇੱਧਰੋਂ ਕਾਫੀ ਮਿਲਦੇ ਨੇ, ਜਿੰਨੇ ਵੀ ਸਾਡੇ ਦੋਸਤ ਨੇ ਮੈਨੂੰ ਵਟਸਐਪ 'ਤੇ ਰਾਬਤਾ ਵੀ ਕਰਦੇ ਨੇ, ਉਹ ਵੀ ਸਾਡੇ ਭਾਈ ਨੇ, ਸਾਡੀ ਮੁਹੱਬਤ ਨੇ, ਸਾਡਾ ਨਾਲ ਬੜਾ ਪਿਆਰ ਆ। ਅਤੇ ਬਹਰਹਾਲ ਅਸੀਂ ਆਪਣੇ ਪੰਜਾਬ ਨੂੰ ਪ੍ਰਮੋਟ ਕਰ ਰਹੇ ਹਾਂ ਜੀ ਇਨਸ਼ਾਅੱਲਾ, ਔਰ ਸਾਡੀ ਇਹ ਤੁਸੀਂ ਸਾਡਾ ਸਾਥ ਚਾਹੀਦਾ ਹੈਗਾ। ਅਸੀਂ ਦਿਖਾਵਾਂਗੇ ਕਿ ਇਸ ਮਹਿੰਗਾਈ ਦੇ ਦੌਰ ਦੇ ਵਿੱਚ ਸਾਡੇ ਪੰਜਾਬੀ ਦੋਸਤ ਜਿਹੜੇ ਨੇ ਕਿ ਆਪਣੀ ਰੋਜ਼ਮਰ੍ਹਾ ਦੀ ਰੂਟੀਨ ਦੇ ਵਿੱਚੋਂ, ਆਪਣੇ ਖਰਚੇ ਦੇ ਵਿੱਚੋਂ ਵੀ ਕੱਟ ਕੇ ਆਪਣਾ ਪੇਟ ਕੱਟ ਕੇ ਵੀ ਸ਼ੌਕ ਕਰ ਰਹੇ ਨੇ, ਔਰ ਕਿਸਾ ਮਿਆਰੀ ਕਰ ਰਹੇ ਨੇ। ਅਤੇ ਦੋਸਤੋ, ਇਸ ਤਰ੍ਹਾਂ ਸਾਡੀ ਵੀਡੀਓ ਨੂੰ ਆਪਣਾ ਸ਼ੇਅਰ ਕਰ ਦਿਆ ਕਰੋ ਦੋਸਤਾਂ ਨੂੰ, ਦੋਸਤਾਂ ਦੇ ਨਾਲ ਆਪਣਾ ਸੁਜੈਸਟ ਕਰਿਆ ਕਰੋ ਦੋਸਤਾਂ ਨੂੰ, ਸਾਡੇ ਚੈਨਲ 'ਤੇ ਆਉਣ, ਸਾਡੀ ਵੀਡੀਓਜ਼ ਦੇਖਣ, ਔਰ ਇਨਸ਼ਾਅੱਲਾ ਤੁਸੀਂ ਜਿਸ ਤਰ੍ਹਾਂ ਦੀ ਵੀਡੀਓ ਕਹੋਗੇ ਉਸ ਤਰ੍ਹਾਂ ਹੀ ਤੁਹਾਨੂੰ ਮਾਲੂਮਾਤੀ ਵੀਡੀਓ ਵੀ ਮਿਲਣਗੀਆਂ, ਤੁਹਾਨੂੰ ਕਾਰੋਬਾਰੀ ਲਿਹਾਜ਼ ਦੇ ਨਾਲ ਵੀ ਮਿਲਣਗੀਆਂ, ਔਰ ਤੁਹਾਨੂੰ ਆਪਣੇ ਸ਼ੌਕ ਸ਼ਿਕਾਰ ਦੇ ਲਿਹਾਜ਼ ਦੇ ਨਾਲ ਵੀ ਤਿੰਨਾਂ ਤਰ੍ਹਾਂ ਦੇ ਫਾਇਦੇ ਹੋਣਗੇ। ਅਤੇ ਦੋਸਤੋ, ਤੁਹਾਡੀ ਮੁਹੱਬਤ ਦਾ ਇੱਕ ਦਫ਼ਾ ਫਿਰ ਬਹੁਤ ਸ਼ੁਕਰੀਆ ਅਦਾ ਕਰਦੇ ਹੈਗੇ ਹਾਂ, ਔਰ ਬੜੀ ਖੁਸ਼ੀ ਹੈਗੀ ਇਸ ਚੀਜ਼ ਦੀ, ਯਕੀਨ ਕਰੋ ਕਿ ਪੰਜਾਬੀ ਸ਼ੌਕ ਨੇ ਆਪਣਾ 1,000 ਚੈਨਲ ਆਪਣਾ ਸਬਸਕ੍ਰਾਈਬਰ ਜਿਹੜੇ ਕੰਪਲੀਟ ਕਰ ਲਏ ਨੇ, ਔਰ ਇਹ 1,000 ਕਰਨ ਦੀ ਖੁਸ਼ੀ ਤਾਂ ਬੜੀ ਵੱਡੀ ਹੈ, ਮਗਰ ਇਨਸ਼ਾਅੱਲਾ ਜਦੋਂ 1,00,000 ਦੀ ਕਰਾਂਗੇ ਇਹਨੂੰ ਵੀ ਵੱਡੀ ਖੁਸ਼ੀ ਹੋਏਗੀ, ਔਰ ਉਦੋਂ ਹੀ ਹੋਏਗਾ ਜਦੋਂ ਤੁਹਾਡੇ ਦੋਸਤਾਂ ਦਾ ਸਾਥ ਹੋਏਗਾ। ਦੋਸਤੋ, ਅਤੇ ਇਸੇ ਗੱਲ ਦੇ ਨਾਲ ਮੈਨੂੰ ਦਿਓ ਇਜਾਜ਼ਤ, ਆਪਣਾ ਆਪਣੇ ਜਾਨਵਰਾਂ ਦਾ, ਬੱਚਿਆਂ ਦਾ, ਵੱਡਿਆਂ ਦਾ, ਸਾਰਿਆਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ। ਇਸੇ ਦਿਨ ਆਪਣਾ ਗੱਲ ਦੇ ਨਾਲ ਅਰਸਲਾਨ ਭਾਈ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।